ਨਰਿੰਦਰ ਮੋਦੀ ਸਾਹਿਬ ਨੇ ਮੁਸਲਿਮ ਭਾਈਚਾਰੇ ਬਾਰੇ ਐਸਾ ਬਿਆਨ ਦਿੱਤਾ ਜਿਸ ਨੇ ਪੂਰੀ ਦੁਨੀਆ 'ਚ ਚਰਚਾ ਛੇੜ ਦਿੱਤੀ ਹੈ। ਹਜ਼ਾਰਾਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਇਸ ਬਿਆਨ ਦੇ ਖਿਲਾਫ ਹੋ ਰਹੀਆਂ ਨੇ ਅਤੇ ਆਪਾਂ ਗੱਲ ਕਰਦੇ ਹਾਂ। ਕਰਮਜੀਤ ਜੀ, ਇਹ ਜਿਹੜਾ ਮੋਦੀ ਸਾਹਿਬ ਜਿੱਦਾਂ ਦੀ ਬਿਆਨਬਾਜ਼ੀ 'ਤੇ ਉੱਤਰ ਆਏ ਨੇ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲੀ ਗੱਲ ਤਾਂ ਜੇ ਇਸ ਮੁਲਕ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੈਗੀ ਹੈ ਅਤੇ ਜੇ ਇਲੈਕਸ਼ਨ ਕਮਿਸ਼ਨ ਕਾਨੂੰਨ ਦੇ ਅਨੁਸਾਰ ਇਲੈਕਸ਼ਨ ਕਰਾਉਣ ਦਾ ਦਾਅਵਾ ਕਰਦਾ ਤਾਂ ਨਰਿੰਦਰ ਮੋਦੀ ਨੂੰ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ। ਇਲੈਕਸ਼ਨ ਕਮਿਸ਼ਨ ਨੂੰ ਤੁਰੰਤ ਹੀ ਉਹਦੇ ਖਿਲਾਫ਼ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ। ਦੂਸਰੀ ਗੱਲ, ਨਰਿੰਦਰ ਮੋਦੀ ਦਾ ਇਹ ਜਿਹੜਾ ਬਿਆਨ ਆਇਆ, ਇਹ ਇੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਬਿਆਨ ਜਿਹੜਾ, ਜਿਹਨੂੰ ਵਾਚੀਏ ਤਾਂ ਆਪਾਂ ਦੇਖੀਏ ਤਾਂ ਬਹੁਤ ਹੀ ਨਿੰਦਣਯੋਗ ਆ, ਕਿਉਂਕਿ ਨਰਿੰਦਰ ਮੋਦੀ ਨੂੰ ਆਪਦੇ ਆਪ ਨੂੰ BJP ਦਾ ਲੀਡਰ ਨਹੀਂ ਇਕੱਲਾ ਮੰਨ ਕੇ ਚੱਲਣਾ ਚਾਹੀਦਾ ਹੈਗਾ, ਉਹਨੂੰ ਇਸ ਮੁਲਕ ਦੇ ਇਕੱਲੇ ਇਕੱਲੇ ਨਾਗਰਿਕ ਦੇ ਨੇਤਾ ਦੇ ਤੌਰ 'ਤੇ ਵਿਚਰਨਾ ਚਾਹੀਦਾ, ਜਿਸ ਮੁਲਕ ਦੇ ਵਿੱਚ ਹਿੰਦੂ ਵੀ ਰਹਿੰਦੇ ਆ, ਮੁਸਲਮਾਨ ਵੀ ਰਹਿੰਦੇ ਆ, ਪਛੜੀਆਂ ਸ਼੍ਰੇਣੀਆਂ ਵੀ ਰਹਿੰਦੀਆਂ, ਹੋਰ ਵੀ ਘੱਟ ਗਿਣਤੀਆਂ ਰਹਿੰਦੀਆਂ ਹੈਗੀਆਂ। ਉਹਦਾ ਇਹ ਬਿਆਨ ਸਿੱਧਾ ਅਤੇ ਸਪਸ਼ਟ ਇਹ ਇਸ਼ਾਰਾ ਹੈਗਾ ਇਸ ਮੁਲਕ ਦੇ ਲੋਕਾਂ ਨੂੰ ਕਿ ਇਹ ਸਰਕਾਰ, ਇਹ ਪਾਰਟੀ 2014 ਦੇ ਵਿੱਚ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ, ਲੋਕਾਂ ਦੀ ਮਹਿੰਗਾਈ ਘਟਾਉਣੀ, ਬੇਰੁਜ਼ਗਾਰੀ ਘਟਾਉਣੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨੇ, ਉਹਨਾਂ ਸਾਰੇ ਫਰੰਟਾਂ 'ਤੇ ਬਹੁਤ ਬੁਰੇ ਤਰੀਕੇ ਨਾਲ ਫੇਲ ਹੋਈ ਆ। ਹੁਣ BJP ਕੋਲ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਕਹਿਣ ਨੂੰ ਕੁਛ ਵੀ ਨਹੀਂ ਹੈਗਾ ਅਤੇ ਇਹ ਇੱਕ ਬੁਖਲਾਹਟ ਆ ਅਤੇ BJP ਇਹ ਪੂਰਾ ਜ਼ੋਰ ਲਾ ਕੇ ਕੋਸ਼ਿਸ਼ ਕਰ ਰਹੀ ਹੈ ਕਿ 2024 ਦੀ ਜਿਹੜੀ ਇਲੈਕਸ਼ਨ ਹੈਗੀ ਹੈ ਇਹ 'ਚ ਗੜਬੜ ਕਰਵਾਈ ਜਾਵੇ, ਗੜਬੜ ਕਰਵਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇਲੈਕਸ਼ਨ ਹੋਵੇ ਹੀ ਨਾ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾਵੇ, ਕਿਉਂਕਿ ਮੁਲਕ ਦੇ ਵਿੱਚ ਕਈ ਪਾਸਿਆਂ ਤੋਂ ਮੋਦੀ ਨੂੰ, ਭਾਜਪਾ ਨੂੰ ਚੁਣੌਤੀਆਂ ਮਿਲਦੀਆਂ ਦਿਖਾਈ ਦੇ ਰਹੀਆਂ ਹੈਗੀਆਂ। ਇਸ ਕਰਕੇ ਇਹਨਾਂ ਕੋਲ ਕਹਿਣ ਨੂੰ ਕੁਛ ਨਹੀਂ, ਬੁਖਲਾਏ ਹੋਏ ਆ ਇਸ ਬੁਖਲਾਹਟ ਦੇ ਵਿੱਚੋਂ, ਅਤੇ ਨਾਲ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ RSS BJP ਦਾ ਜੋ ਅਸਲ ਏਜੰਡਾ ਹੈਗਾ ਕਿ ਘੱਟ ਗਿਣਤੀਆਂ ਦੇ ਖਿਲਾਫ਼, ਨੀਵੀਆਂ ਜਾਤਾਂ ਦੇ ਖਿਲਾਫ਼ ਇੱਕ ਨਫ਼ਰਤ ਦੀ ਰਾਜਨੀਤੀ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਜਿਹੜੀਆਂ ਕੈਸ਼ ਕੀਤੀਆਂ ਜਾਣ, ਉਸ ਏਜੰਡੇ 'ਤੇ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜਾ ਉਹ ਨਿੱਤਰ ਆਏ ਹੈਗੇ ਆ, ਹਾਰ ਜਿਹੜੀ ਆ ਉਹ ਦਿਖ ਰਹੀ ਆ, ਉਹ ਬਖਲਾਹਟ ਦੀ ਨਿਸ਼ਾਨੀ ਹੈ ਜਿਹ 'ਚ ਨਰਿੰਦਰ ਮੋਦੀ ਨੇ ਇਹ ਬਿਆਨ ਦਿੱਤਾ ਅਤੇ ਇਹਦੀ ਜਿੰਨੀ ਹੋ ਸਕੇ ਨਿੰਦਿਆ ਕੀਤੀ ਜਾਣੀ ਚਾਹੀਦੀ ਅਤੇ ਵਿਰੋਧ ਕੀਤਾ ਜਾਣਾ ਚਾਹੀਦਾ। ਅੱਛਾ, ਇੱਕ ਨਾ ਕੀ ਮੋਦੀ ਗੌਰਮੈਂਟ ਕੋਲ ਲੋਕਾਂ ਦੇ ਵਿਕਾਸ, ਲੋਕਾਂ ਦੀ ਤਰੱਕੀ, ਲੋਕਾਂ ਦੇ ਫਾਇਦੇ ਲਈ ਬੋਲਣ ਵਾਸਤੇ ਕੁਝ ਵੀ ਨਹੀਂ ਹੈ ਕਿ ਉਹ ਇਸ ਪੱਧਰ 'ਤੇ ਉੱਪਰ ਉਤਰੇ ਹੋਏ ਨੇ? ਬਿਲਕੁਲ, ਉਹਨਾਂ ਕੋਲ ਬੋਲਣ ਨੂੰ ਕੁਛ ਵੀ ਨਹੀਂ ਹੈਗਾ। 2024 ਦੀ ਇਲੈਕਸ਼ਨ ਦੇ ਟਾਈਮ ਵੀ ਮੁਲਕ ਦੇ ਵਿੱਚ ਮਹਿੰਗਾਈ ਵੀ ਸੀ, ਕਾਂਗਰਸ ਜਿਹੜੀ ਛੱਡ ਕੇ ਗਈ ਆ, ਮਹਿੰਗਾਈ ਵੀ ਸੀਗੀ। ਇਹਨਾਂ ਨੇ ਵਾਅਦੇ ਤਾਂ ਇਲੈਕਸ਼ਨ ਦੇ ਵਿੱਚ ਕੀਤੇ ਕਿ ਲੋਕਾਂ ਦੀ ਹਾਲਤ ਅਸੀਂ ਸੁਧਾਰਾਂਗੇ, ਪਰ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਜਿਹੜਾ RSS ਦਾ ਏਜੰਡਾ ਹੈਗਾ ਉਹਨੂੰ ਲਾਗੂ ਕੀਤਾ। ਠੀਕ ਆ, ਉਹ ਰਾਮ ਮੰਦਿਰ ਦੀ ਗੱਲ ਕੀਤੀ, ਉਹ 3 ਤਲਾਕ ਨੂੰ ਖਤਮ ਕਰਨ ਦੀ ਗੱਲ ਕੀਤੀ, ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਨ ਦੀ ਗੱਲ ਕੀਤੀ। ਬਈ ਉਸ ਟਾਈਮ 'ਤੇ 2 ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਫਾਇਦਾ ਹੋਇਆ ਵੀ ਆ ਕਿ ਬਹੁ ਗਿਣਤੀ ਨੂੰ ਖੁਸ਼ ਕਰਕੇ ਇਹਨਾਂ ਮੁੱਦਿਆਂ 'ਤੇ ਇਹਨਾਂ ਦੀਆਂ ਵੋਟਾਂ ਲਈਆਂ ਜਾਣ, ਪਰ ਗਰਾਊਂਡ ਲੈਵਲ 'ਤੇ ਲੋਕਾਂ ਦੀ ਹਕੀਕਤ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਹੈਗੀਆਂ, ਉਹਨਾਂ ਦੇ ਨੇੜੇ ਜੁੜੇ ਹੋਏ ਜਿਹੜੇ ਮੁੱਦੇ ਹੈਗੇ ਉਹ ਹੱਲ ਨਹੀਂ ਕੀਤੇ ਗਏ। ਹੁਣ 2 ਇਲੈਕਸ਼ਨ ਦੇ ਵਿੱਚ ਤਾਂ ਚੱਲ ਗਿਆ ਉਹ ਪੱਤਾ, ਜਿਹੜਾ ਧਰਮ ਦਾ ਪੱਤਾ ਚੱਲ ਗਿਆ, 2014 'ਚ ਵੀ ਚੱਲ ਗਿਆ, ਉਦੋਂ ਬਾਅਦ ਵੀ ਚੱਲ ਗਿਆ। 2024 ਦੇ ਵਿੱਚ ਹਾਲਾਤ ਜਿਹੜੇ ਆ ਹੁਣ ਬਦਲੇ ਹੋਏ ਆ। ਕੀ ਬਦਲੇ ਹਾਲਾਤ? ਹੁਣ ਲੋਕ ਖਾਸ ਕਰਕੇ ਜਿਹਦੇ ਉੱਪਰ ਟੇਕ ਰੱਖ ਕੇ ਇਹਨਾਂ ਨੇ ਧਰਮ ਦੀ ਨਫ਼ਰਤ ਦੀ ਰਾਜਨੀਤੀ ਕੀਤੀ ਆ, ਖਾਸ ਕਰਕੇ ਉਹ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਇਹ ਗੱਲ ਚਲੀ ਗਈ ਆ ਕਿ ਹਿੰਦੂ ਮੁਸਲਿਮ ਦਾ ਜਾਣ ਬੁੱਝ ਕੇ ਜਿਹੜਾ ਇਹ ਮੋਦੀ ਜਿਹੜਾ ਬਖੇੜਾ ਖੜਾ ਕਰਦਾ ਹੈਗਾ। ਬਹੁਤ ਥਾਵਾਂ 'ਤੇ ਇਹਨਾਂ ਨੇ ਇਸ ਇਲੈਕਸ਼ਨ ਦੇ ਵਿੱਚ ਵੀ ਦੰਗੇ ਫਸਾਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੋਦੀ ਦੇ ਬਿਆਨ ਹੀ ਰਹਿ ਜਾਂਦੇ ਆ।
ਥੱਲੋਂ ਹਿੰਦੂ ਮੁਸਲਮਾਨ ਆਪਸ ਦੇ ਵਿੱਚ ਉਸ ਤਰ੍ਹਾਂ ਨਹੀਂ ਲੜ ਰਹੇ ਗੇ ਜਿਹੜੀ ਬੀਜੇਪੀ ਅਤੇ ਮੋਦੀ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਹੁਣ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਇਹ ਗੱਲ ਚਲੀ ਗਈ ਆ ਕਿ ਤੇਲ ਦਾ, ਪੈਟਰੋਲ ਦਾ, ਡੀਜ਼ਲ ਦਾ ਰੇਟ ਕਿੱਥੇ ਚਲਾ ਗਿਆ, ਮਹਿੰਗਾਈ ਪਰੇਸ਼ਾਨ ਕਰ ਰਹੀ ਹੈ, ਬੇਰੁਜ਼ਗਾਰੀ ਪਰੇਸ਼ਾਨ ਕਰ ਰਹੀ ਹੈ। ਆਫਟਰਆਲ ਇਸ ਮੁਲਕ ਦੀ ਜਿਹੜੀ ਬਹੁਗਿਣਤੀ ਹਿੰਦੂ ਆ, ਆਬਾਦੀ ਆ, ਜੇ ਮਹਿੰਗਾਈ ਵਧੂ ਸਭ ਤੋਂ ਵੱਧ ਪਰੇਸ਼ਾਨ ਕਿਹਨੂੰ ਕਰੂ, ਉਹ ਬਹੁਗਿਣਤੀ ਨੂੰ ਕਰੂਗੀ, ਬੇਰੁਜ਼ਗਾਰੀ ਵੀ ਸਭ ਤੋਂ ਵੱਧ ਪਰੇਸ਼ਾਨ ਉਹਨਾਂ ਨੂੰ ਕਰੂਗੀ। ਇਸ ਕਰਕੇ ਲੋਕਾਂ ਦੇ ਵਿੱਚ ਇਹ ਜਿਹੜੀ ਭਾਵਨਾ ਹੈਗੀ ਆ ਉਹ ਘਰ ਗਈ ਆ। ਲੋਕਾਂ ਦੀ ਜਿਹੜੀ ਹਕੀਕਤ ਆ, ਜ਼ਿੰਦਗੀ ਆ, ਉਹ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਆ। ਪਿਛਲੇ ਸਮਿਆਂ ਦੇ ਵਿੱਚ ਇਹ ਬਹੁਤ ਸਾਰੇ ਸਰਵੇਖਣ ਵੀ ਹੋਏ ਆ ਕਿ ਭੁੱਖਮਰੀ ਦੀ ਜਿਹੜੀ ਸੂਚੀ ਦੇ ਵਿੱਚ ਜਿਹੜਾ ਭਾਰਤ ਆ ਅੱਗੇ ਜਾ ਰਿਹਾ ਹੈਗਾ। ਪੂਰੇ ਸੰਸਾਰ ਦੇ ਵਿੱਚ ਜਿਹੜੇ ਅਰਬਾਂਪਤੀਆਂ ਦੀ ਗਿਣਤੀ ਹੈਗੀ ਆ ਉਹ ਇਸ ਮੁਲਕ ਦੇ ਵਿੱਚ ਵੱਧ ਰਹੀ ਆ, ਅਤੇ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਗਰੀਬੀ ਅਤੇ ਗੁਰਬਤ ਨਾਲ ਜਿਹੜੇ ਘੁਲਣ ਵਾਲੇ ਲੋਕ ਆ ਉਹ ਵੀ ਹਿੰਦੁਸਤਾਨ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਆ। ਹਿੰਦੁਸਤਾਨ ਹੀ ਇਸ ਤਰ੍ਹਾਂ ਦਾ ਮੁਲਕ ਆ ਜਿਹਦੇ ਜਮਹੂਰੀ ਸਪੇਸ ਘੱਟਦੀ ਜਾ ਰਹੀ ਹੈ। ਇਸ ਜਿਹੜਾ ਹੁਣ ਇਹ ਬਿਆਨ ਆਇਆ ਇਹਦਾ UNO ਦੇ ਵਿੱਚ ਵੀ ਰੌਲਾ ਪਿਆ ਕਿ ਇੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਰਿੰਦਰ ਮੋਦੀ ਦੇ ਬਿਆਨ ਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਹੁਣ ਪੂਰੇ ਵਰਲਡ ਦੇ ਵਿੱਚ ਲਾਰਜੈਸਟ ਡੈਮੋਕ੍ਰੇਸੀ ਦਾ ਇਹ ਜਨਾਜ਼ਾ ਨਿਕਲ ਰਿਹਾ ਤਾਂ ਲੋਕ ਦੇਖ ਰਹੇ ਆ। ਮਤਲਬ ਇੱਕ ਮੁਸਲਿਮ ਭਾਈਚਾਰਾ ਵੱਡੀ ਕਰੋੜਾਂ ਦੀ ਗਿਣਤੀ 'ਚੋਂ ਭਾਰਤ 'ਚ ਵੱਸਦਾ ਅਤੇ ਅੱਜ ਦਾ ਨਹੀਂ ਸਦੀਆਂ ਤੋਂ ਵੱਸਦਾ ਹੈ। ਆਜ਼ਾਦੀ ਦੀ ਲਹਿਰ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਦੀਆਂ ਸ਼ਹੀਦੀਆਂ ਹੋਈਆਂ ਨੇ, ਆਜ਼ਾਦੀ ਦੀ ਲੜਾਈ 'ਚੋਂ ਸ਼ਾਮਿਲ ਰਹੇ ਨੇ, ਚਾਹੇ ਉਸ਼ਫਾਕ ਉੱਲਾ ਹੋਣ, ਚਾਹੇ ਕਿੰਨੇ ਹੀ ਨਾਂ ਨੇ, ਅੱਜ ਉਹਨਾਂ ਨੂੰ ਕੁਸ ਬੈਠੀਏ ਕਹਿਣਾ ਇਹ ਕਿਸ ਪੱਧਰ ਦੀ ਮਤਲਬ ਗਿਰੀ ਹੋਈ ਗੱਲ ਹੈ ਕਿ ਮੁਸਲਿਮ ਭਾਈਚਾਰੇ ਨੂੰ ਕੁਸ ਬੈਠੀਏ ਤੱਕ ਕਹਿਣਾ। ਉਹ ਇਸੇ ਪਿੱਚ 'ਤੇ ਹੀ ਖੇਡ ਰਹੇ ਆ। ਜਦੋਂ NRC CAA ਉਹ ਲੈ ਕੇ ਆਏ ਆ ਉਦੋਂ ਵੀ ਇਸੇ ਗੱਲ ਨੂੰ ਇਹਨਾਂ ਨੇ ਮੁੱਖ ਰੱਖਿਆ, ਅਸਾਮ 'ਚ ਉਹਦੀ ਸ਼ੁਰੂਆਤ ਕੀਤੀ ਆ। ਪਰ ਇਹਨਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਉਲਟ ਜਾ ਕੇ ਜਿਹੜੀ ਆ ਜਿਹੜਾ CAA ਤੋਂ ਬਾਹਰ ਰਹਿ ਕੇ ਲੋਕ ਹੈਗੇ ਆ ਉਹ ਬਹੁਗਿਣਤੀ ਹਿੰਦੂ ਨਿਕਲ ਆਏ, ਇਸ ਕਰਕੇ ਉਹ ਕੰਮ ਉੱਥੇ ਠੱਪ ਹੋ ਗਿਆ ਉਹਨਾਂ ਦਾ। ਪੂਰੇ ਮੁਲਕ ਦੇ ਵਿੱਚ ਵੀ ਇਹਨਾਂ ਨੇ ਇਸ ਮੁਲਕ ਦੀਆਂ ਘੱਟ ਗਿਣਤੀਆਂ, ਇਕੱਲਾ ਮੁਸਲਮਾਨ ਨਹੀਂ, ਮੁਸਲਮਾਨ ਪਹਿਲੇ ਨੰਬਰ 'ਤੇ ਟਾਰਗੇਟ 'ਤੇ ਆ, ਈਸਾਈਆਂ ਨੂੰ ਦੂਜੇ ਨੰਬਰ 'ਤੇ ਅਤੇ ਸਿੱਖਾਂ ਨੂੰ ਤੀਜੇ ਨੰਬਰ 'ਤੇ। ਇਹਨਾਂ ਈਸਾਈ ਅਤੇ ਮੁਸਲਮਾਨਾਂ ਨੂੰ ਘੁਸਪੈਠੀਏ ਮੰਨ ਕੇ ਅਤੇ ਸਿੱਖਾਂ ਨੂੰ ਐਜ਼ ਏ ਹਿੰਦੂ ਕਮਿਊਨਿਟੀ ਦਾ ਹਿੱਸਾ ਮੰਨ ਕੇ ਉਹ ਨੇਸ ਤੋਂ ਨਾਬੂਦ ਕਰਨ ਦੀ ਕੋਸ਼ਿਸ਼ ਇਸ ਰਾਜਨੀਤੀ 'ਤੇ ਉਹ ਚੱਲਦੇ ਹੈਗੇ ਆ। ਅੱਜ ਜੇ ਨਰਿੰਦਰ ਮੋਦੀ ਨੇ ਮੁਸਲਮਾਨਾਂ ਨੂੰ ਘੁਸਪੈਠੀਏ ਕਿਹਾ ਤਾਂ ਡਾਇਰੈਕਟ ਸਿੱਧਾ ਸਪਸ਼ਟ ਸ਼ਬਦਾਂ 'ਚ ਇਹ ਹਿੰਦੁਸਤਾਨ ਦੇ ਮੁਲਕ ਲੋਕਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਹਿੰਦੂ ਕਮਿਊਨਿਟੀ ਟਾਰਗੇਟ 'ਤੇ ਆ ਅਤੇ ਸਾਡੀ ਜਿਹੜੀ ਸੱਭਿਅਤਾ ਹੈਗੀ ਆ ਹਿੰਦੁਸਤਾਨ ਦੀ ਉਹ ਰਲ ਮਿਲ ਕੇ ਭਾਈਚਾਰੇ ਦੇ ਵਿੱਚ ਏਕੇ 'ਚ ਰਹਿਣ ਦੀ ਆ ਅਤੇ ਇਸ ਮੁਲਕ ਦੀਆਂ ਬਾਕੀ ਸਾਰੀਆਂ ਕਮਿਊਨਿਟੀਆਂ ਨੂੰ ਇਹ ਹੁਣ ਸਮਝਣਾ ਚਾਹੀਦਾ ਕਿ ਜੇ ਮੁਸਲਮਾਨਾਂ ਨੂੰ ਘੁਸਪੈਠੀਏ ਕਿਹਾ ਜਾ ਰਿਹਾ ਮੋਦੀ ਦੇ ਵੱਲੋਂ ਤਾਂ ਸਾਰੀਆਂ ਕਮਿਊਨਿਟੀ ਨੂੰ ਵਿਰੋਧ ਕਰਨਾ ਚਾਹੀਦਾ, ਮੁਸਲਿਮ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ। ਇਸ ਮੁਲਕ ਦੀ ਜਿਹੜੀ ਰਲ ਮਿਲ ਕੇ ਇਕੱਠੇ ਰਹਿਣ ਦੀ ਸੱਭਿਅਤਾ ਹੈਗੀ ਆ ਉਹਦੀ ਰਾਖੀ ਲੋਕਾਂ ਨੂੰ ਇਕੱਠੇ ਹੋ ਕੇ ਕਰਨੀ ਚਾਹੀਦੀ ਹੈਗੀ ਆ। ਬਾਕੀ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਸਾਰੇ ਲੋਕ ਮਿਲ ਜੁਲ ਕੇ ਇੱਕੋ ਥਾਂ 'ਤੇ ਰਹਿਣ ਦੇ ਵਿੱਚ ਜਿਹੜੇ ਖੁਸ਼ ਹੈਗੇ ਆ। BJP ਉੱਪਰੋਂ ਕੋਸ਼ਿਸ਼ ਕਰ ਰਹੀ ਹੈ ਵੰਡੀਆਂ ਪਾਉਣ ਦੀ। ਅੱਛਾ, ਪੰਜਾਬ ਦੇ ਵਿੱਚ ਜਿਹੜੇ BJP ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਉਹਨਾਂ ਦਾ ਅੱਜ ਇੱਕ ਬਿਆਨ ਆਉਂਦਾ ਹੈ, ਉਹ ਕਹਿੰਦੇ ਆ ਕਿ ਜਿਹੜੇ ਕਿਸਾਨ ਆਗੂ ਨੇ ਇਹ ਡਰਾਮੇਬਾਜ਼ੀਆਂ ਕਰ ਰਹੇ ਨੇ, ਹਾਸੋਹੀਣੀਆਂ ਹਰਕਤਾਂ ਕਰ ਰਹੇ ਨੇ, ਉਹਨਾਂ ਦੇ ਇਸ ਬਿਆਨ ਨੂੰ ਕਿੱਦਾਂ ਵੇਖਿਆ ਜਾ ਸਕਦਾ? ਉਹ ਦੇਖੋ, ਇਸ ਮੁਲਕ ਦੇ ਵਿੱਚ ਨਾ BJP ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਹਰ ਤਰ੍ਹਾਂ ਦੀ ਡੈਮੋਕ੍ਰੇਟਿਕ ਸਪੇਸ ਖਤਮ ਕੀਤੀ ਜਾਵੇ। ਇਹ ਤਾਂ ਓਪੋਜੀਸ਼ਨ ਨੂੰ ਵੀ ਨਹੀਂ ਛੱਡ ਰਹੇ ਗੇ, ਇੱਥੇ ਕਿਸਾਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਅਤੇ ਜਿਹੜੀ ਓਪੋਜੀਸ਼ਨ ਦੀ ਪਾਰਟੀ ਹੈਗੀ ਹੈ ਕਾਂਗਰਸ ਨੂੰ ਅਰਬਨ ਨਕਸਲ ਕਹਿ ਕੇ ਸੰਬੋਧਿਤ ਹੋਇਆ ਜਾ ਰਿਹਾ ਹੈਗਾ। ਇਹਦਾ ਮਤਲਬ ਜਿਹੜਾ ਡਰ ਆ ਉਹ ਸਾਫ਼ ਸਪਸ਼ਟ ਝਲਕ ਰਿਹਾ ਕਿ ਇਹ ਸਰਕਾਰ, ਇਹ ਭਾਜਪਾ ਆਪਦੇ ਹਰ ਤਰ੍ਹਾਂ ਦੇ ਵਿਰੋਧੀ ਨੂੰ ਸਨੱਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਰਾਹੁਲ ਗਾਂਧੀ ਨੂੰ ਚੱਕ ਕੇ ਪਾਰਲੀਮੈਂਟ 'ਚੋਂ ਬਾਹਰ ਮਾਰਿਆ, ਠੀਕ ਆ, ਹੁਣ ਕੇਜਰੀਵਾਲ ਅੰਦਰ ਆ। ਇਸ ਤੋਂ ਬਾਅਦ ED ਪਿੱਛੇ ਲਾਈਆਂ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ਼,
ਏਜੰਸੀਆਂ ਪਿੱਛੇ ਲਾਈਆਂ, ਜਿਹੜੇ ਖਰੀਦੇ ਜਾ ਸਕਦੇ ਉਹਨਾਂ ਨੂੰ ਖਰੀਦ ਕੇ ਵੀ ਆਪਦੀ ਪਾਰਟੀ ਦੇ ਵਿੱਚ ਲਿਆਂਦਾ ਹੈਗਾ। ਠੀਕ ਹੈ, ਜੇ ਸੁਨੀਲ ਜਾਖੜ ਜਾਂ ਹੋਰ ਤਮਾਮ ਜਿਹੜੇ ਲੀਡਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਦੇ ਰਹੇ ਹੈਗੇ ਆ, ਇਹ ਹਿੰਦੁਸਤਾਨ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਹੁਣ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਕਿ ਇਸ ਪਾਰਟੀ ਦੇ ਖਿਲਾਫ਼ ਹਰ ਤਰ੍ਹਾਂ ਦੇ ਰੰਗ, ਹਰ ਤਰ੍ਹਾਂ ਦੀ ਪੋਲੀਟੀਕਲ ਪਾਰਟੀ ਜਿਹੜੀ ਹੈ ਇੱਕ ਪਲੇਟਫਾਰਮ 'ਤੇ ਉਹਨਾਂ ਨੂੰ ਇਕੱਠੇ ਹੋਣਾ ਪਊਗਾ, ਫਿਰ ਹੀ ਜਿਹੜਾ ਬਚਿਆ ਜਾ ਸਕਦਾ ਹੈਗਾ। ਨਰਿੰਦਰ ਜਿਹੜਾ ਇਹਦੀ ਜਾਖੜ ਦਾ ਬਿਆਨ ਆਇਆ ਹੈਗਾ ਉਹਦੇ ਵਿੱਚ ਜਗੀਰੂ ਧੌਂਸ ਵੀ ਝਲਕਦੀ ਹੈ। ਠੀਕ ਹੈ, ਉਹ ਤਾਂ ਆਪਦੇ ਆਪ ਨੂੰ ਸਮਝਦੀ ਜਗੀਰਦਾਰ ਆ, ਜਿਹਦੇ ਵਿੱਚ ਉਹ ਇਹ ਚਾਹੁੰਦੇ ਹੈਗੇ ਆ ਕਿ ਲੋਕ ਸਾਡੇ ਪੈਰਾਂ ਦੇ ਵਿੱਚ ਬੈਠ ਕੇ ਗਿੜਗਿੜਾਉਣ, ਸਾਡੇ ਤੋਂ ਭਿਖਾਰੀ ਮੰਗ ਕੇ ਮੰਗਣ, ਉਹ ਝੰਡਾ ਚੱਕ ਕੇ ਬਰਾਬਰ 'ਤੇ ਨਾਰਾ ਮਾਰ ਕੇ ਜਿਹੜਾ ਆਪਦੇ ਹੱਕਾਂ ਦੀ ਗੱਲ ਨਾ ਕਰਨ। ਇਸ ਤਰ੍ਹਾਂ ਦੇ ਬਿਆਨ, ਜਿਹੜੀ ਜਗੀਰੂ ਧੌਂਸ ਦਾ ਝਲਕਾਰਾ ਪੈਂਦਾ ਜਿਹੜਾ ਇਹ ਜਾਖੜ ਦਾ ਬਿਆਨ। ਮਿੱਤਰ ਪਿਆਰਿਓ, ਤੁਸੀਂ ਸੁਣਿਆ ਕਰਮਜੀਤ ਜੀ ਹੋਰਾਂ ਨੇ ਜਿਹੜੀ ਇਹ ਫਿਰਕਾ ਪ੍ਰਸਤੀ ਦੀ ਸਿਆਸਤ ਹੋ ਰਹੀ ਹੈ ਇਹਦੇ ਉੱਪਰ ਬੜੀ ਬਰੀਕੀ ਸੂਖਮਤਾਈ ਦੇ ਨਾਲ ਆਪਣੀ ਗੱਲ ਰੱਖੀ ਹੈ। ਤੁਸੀਂ ਸਿਆਣੇ ਹੋ, ਤੁਹਾਡੀ ਕਚਹਿਰੀ 'ਚ ਇੱਕ ਵੱਡਾ ਮੁੱਦਾ ਹੈ, ਕਮੈਂਟ ਤੁਹਾਡੇ, ਵਿਚਾਰ ਤੁਹਾਡੇ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ, ਤੁਸੀਂ ਦੇਖ ਰਹੇ ਹੋ ਲਾਈਵ ਸੱਚ। ਬਹੁਤ ਮਿਹਰਬਾਨੀ ਕਰਮਜੀਤ। ਸ਼ੁਕਰੀਆ ਜੀ, ਧੰਨਵਾਦ।